ਕੁੜੀਆਂ ਯਾਰ ਘੈਂਟ ਘੈਂਟ ਆ, ਮੈਨੂੰ ਤਾਂ ਸੱਚੀ ਪਹਿਲਾਂ ਤਾਂ ਇਹਨੇ ਬਾਈ ਆਹ ਤੋੜਤੀ ਦੇਖੋ, ਹਾਂ ਮੁੱਕਰ ਫਿਰ ਆਹ ਤੋੜੀ ਗਲਤ, ਇਹਦਾ ਪਹਿਲਾਂ ਤਾਂ ਉਹਨਾਂ ਟੂਚਰ ਪਵਾਵਾਂਗੀ, ਅੱਛਾ ਬਾਅਦ ਚੋ ਇਹਦਾ ਟੂਚਰ ਪਵਾਵਾਂਗੀ ਬੁਲਟ ਇਹਦੇ ਨਾਲ, ਓ ਇਹਦੀ ਖੜਾਸਾ ਜੀ, ਬਾਅਦ ਚੋ ਇਹਦਾ ਟੂਚਰ ਉਹਨਾਂ ਦੋਨਾਂ ਨਾਲ ਪਵਾਵਾਂਗੀ, ਕਰਦੇ ਨਾ ਹਾਂ ਇਹ ਵਰਸਿਸ ਇਹ ਸਕੂਟਰੀ ਤੇ ਉਹ ਤਿੰਨੇ ਇੱਕ ਪਾਸੇ ਬੁਲਟ ਇੱਕ ਪਾਸੇ। ਛੋਟੇ ਕਰੀ ਫਿਰ ਸਵਾਗਤ ਆ ਬੀਂਗ ਬ੍ਰਾਂਡ ਦੇ ਘੈਂਟ ਜੇ ਵਲੌਗ ਦੇ ਵਿੱਚ, ਤੇ ਅੱਜ ਦੇ ਵਲੌਗ ਵਿੱਚ ਬਾਈ ਫਾਈਨਲੀ ਯਾਰ ਪੈਡ ਪੈਡ ਆ ਚੁੱਕੇ ਆ ਇਹਦੇ ਕੋਲੇ, ਇਹ ਮਤਲਬ ਆਪਣੇ ਕੋਲੇ ਆਇਆ ਸੀਗਾ ਯਾਰ, ਮੇਰੇ ਕੋਲ ਸਾਧਨ ਹੈ ਨਹੀਂਗਾ, ਤੁਸੀਂ ਮੈਨੂੰ ਯਾਰ ਗੱਡੀ ਤੇ ਲੈਣ ਤਾਂ ਆ ਗਏ ਸੀਗੇ, ਹੁਣ ਮੈਂ ਘਰੇ ਕਿਵੇਂ ਜਾਵਾਂ, ਮੈਨੂੰ ਛੱਡ ਕੇ ਆਓ, ਰਾਤ ਬਾਹਲੀ ਹੋ ਗਈ ਸੀ, ਉਹੀ ਗੱਲ ਹੋਈ ਸੀ, ਹਾਂ ਹੋਰ ਕੀ ਸੀ, ਮੈਂ ਤੈਨੂੰ ਕਿਹਾ ਸੀ ਮੰਮੀ ਕਹੀ ਜਾਵਾਂਗੇ ਤੇਰੇ ਕੋਲ ਕੰਮ ਕਰਾਂਗੇ, ਆਹੋ ਕਹਿੰਦੀ ਹਾਂ ਇਹ ਮੇਲੇ ਦਾ ਲੈ ਕੇ ਗਿਆ ਹੋਇਆ ਹਨਾ, ਮੇਲੇ ਦੇ ਪੂਰਾ ਪ੍ਰਭਾਵ ਪਾਉਣਾ ਸੀਗਾ ਇਹਨੇ, ਪਤਾ ਨਹੀਂ ਪਿੰਡ ਤੇ ਕਿੱਥੇ ਪਾਉਣਾ ਸੀ ਇਹ ਸਮਝ ਨਹੀਂ ਆਈ, ਕਿਉਂਕਿ 15 ਤਾਂ ਜਾਣੇ ਆ ਪੂਰੇ, ਨਹੀਂ ਤਾਂ ਮੈਂ ਇਹ ਜਿਹਾ ਹੈ ਨਹੀਂ ਵੀ ਉਹਨੂੰ ਸਾਧਨ ਦੇਣ ਨਾ, ਮੈਂ ਤਾਂ ਇਹ ਕਹਿੰਦਾ ਬਾਈ ਛੱਡ ਕੇ ਆਓ ਯਾਰ, ਸਹੀ ਗੱਲ ਆ, ਬਸ ਹੁਣ ਬਾਈ ਨੂੰ ਚਲਾ ਕੇ ਦਿਖਾ, ਇਹਨੇ ਪਤਾ ਕੀ ਕੀਤਾ ਕੰਮ ਲਈ, ਇਹਨੇ ਦੇਖੋ ਪਹਿਲਾਂ ਤਾਂ ਇਹਨੇ ਬਾਈ ਆਹ ਤੋੜਤੀ ਦੇਖੋ, ਹਾਂ ਮੁੱਕਰ ਫਿਰ ਆਹ ਤੋੜੀ, ਇਹ ਚਲੋ ਪਹਿਲਾਂ ਠੀਕ ਸੀਗੀ ਨਾ, ਉਦੋਂ ਬਾਅਦ ਚਲੋ ਤੋੜਤੀ ਚੰਗੀ ਤਰ੍ਹਾਂ, ਉਸ ਤੋਂ ਬਾਅਦ ਚੇਪੀ ਲਾਈ ਉਹ ਇੱਥੇ ਇੱਥੇ ਲਾਤੀ, ਵੀ ਸਾਲਾ ਉਰੇ ਤੱਕ ਤਾਂ ਲਾ ਕੰਮ ਸੇ ਕੰਮ ਚੇਪੀ ਜੇ ਲਾਉਣੀ ਹੋਈ ਸੀਗੀ, ਤਾਂ ਤੂੰ ਚੇਪੀ ਚ ਵੀ ਕੰਜੂਸੀ ਕਰ ਰਿਹਾ ਯਾਰ, ਤੂੰ ਤਾਂ ਯਾਰ ਬੰਦਾ ਐਡਾ ਚੇਪੀ ਵਾਜ ਬੰਦਾ ਯਾਰ, ਦੱਸ ਚੇਪੀ ਚ ਵੀ ਕੰਜੂਸੀ ਯਾਰ, ਤੇ ਉਹ ਛੱਡ ਚਾਬੀ ਵੀ ਘੁਮਾਤੀ ਬਾਈ ਇਹਨੇ, ਹੁਣ ਲੋਕ ਨਵਾਂ ਪਾਉਣਾ ਪੈਣਾ ਇਹਦਾ, ਜੇ ਚਾਬੀ ਹੋਊਗੀ ਫਿਰ ਵੀ ਡੁਪਲੀਕੇਟ ਚਾਬੀ ਬਣੂਗੀ, ਹੁਣ ਸਟਾਰਟ ਕਿਵੇਂ ਕਰਨਾ ਵਾ, ਕਹਿੰਦਾ ਮੈਂ ਪਤਾ ਨੀ ਕਿਵੇਂ ਲੈ ਕੇ ਆਇਆ, ਦੱਸ ਕਿਵੇਂ ਲੈ ਕੇ ਆਇਆ ਹੁਣ, ਹਾਂ ਬਾਈ ਬਿਨਾ ਚਾਬੀ ਤੋਂ ਹੈ, ਇੱਕ ਨੰਬਰ ਦਾ ਚੋਰ ਆ ਤੂੰ, ਸ਼ਕਲ ਵੀ ਤੇ ਊ ਵੀ ਹਰਕਤਾਂ ਤੋਂ ਚੱਲ ਹੈਗਾ ਹੀ ਆ, ਕੀ ਚੱਲੀ ਵੀਰੇ ਇਹਨਾਂ, ਆਪਾਂ ਕੀ ਕੰਮ ਕਰਨਾ, ਕੀ ਕਰਨਾ ਹੈ, ਜੇ ਘੱਟੋ ਘੱਟ 1000 ਸ਼ੇਅਰ ਆ ਗਿਆ ਬਾਈ, ਹਾਂ ਇਹਦਾ ਪਹਿਲਾਂ ਤਾਂ ਉਹਨਾਂ ਟੂਚਰ ਪਵਾਵਾਂਗੀ, ਅੱਛਾ ਬਾਅਦ ਚੋ ਇਹਦਾ ਟੂਚਰ ਪਵਾਵਾਂਗੀ ਬੁਲਟ ਇਹਦੇ ਨਾਲ, ਓ ਇਹਦੀ ਖੜਾਸਾ ਜੀ, ਬਾਅਦ ਚੋ ਇਹਦਾ ਟੂਚਰ ਉਹਨਾਂ ਦੋਨਾਂ ਨਾਲ ਪਵਾਵਾਂਗੀ, ਕਰਦੇ ਨਾ ਇਹ ਤਾਂ ਹੁਣ ਯਾਰ ਕਿੱਥੇ ਕਿੱਥੇ ਸਕਾਨ ਲਈ ਰੱਖਿਆ ਹੋਇਆ ਕਰਦੇ ਨੇ, ਇਹਦਾ ਕੱਲੇ ਦਾ ਟੂਚਰ ਇਹਦੇ ਨਾਲ ਤੇ ਉਹਦੇ ਨਾਲ ਪਵਾਵਾਂਗੇ, ਉਹਦੇ ਬਾਅਦ ਸਕੂਟਰੀ ਦਾ ਵੀ, ਸਕੂਟਰੀ ਦਾ ਬਟਨ ਨਹੀਂ ਜੋੜਦਾ, ਓਏ ਹਾਂ ਇਹ ਵਰਸਿਸ ਇਹ ਸਕੂਟਰੀ ਤੇ ਉਹ ਤਿੰਨੇ ਇੱਕ ਪਾਸੇ ਬੁਲਟ ਇੱਕ ਪਾਸੇ, ਇਹਦੇ ਟਾਇਰ ਲਾ ਕੇ ਸਪਲੈਂਡਰ ਦੇ ਸਪਲੈਂਡਰ ਦੇ ਦੇ, ਦੇਖਾਂ ਇਹ ਕਿਹੋ ਜਿਹਾ ਲੱਗਦਾ ਹਨਾ, ਉਹ ਬਾਅਦ ਆ ਟਾਇਰ ਲਾ ਕੇ ਇਹਦੇ, ਉਹ ਤੇਰੀ ਦੀ ਆ ਟਾਇਰ ਏਅਰ ਪੈਨ ਆ ਨਹੀਂ ਉਹ, ਪਰ ਪਾਵਾਂਗੇ ਕਿਹਨਾਂ ਕੇ ਤਰੀਕੇ ਨਾਲ, ਆਪਾਂ ਮਕੈਨਿਕ ਕੋਲੇ ਲਿਆ ਕੇ ਚਾਹੇ ਆਪਾਂ ਨੂੰ ਸਾਰਾ ਕੁਝ ਕਰਨਾ ਪਵੇ, ਆਪ ਸਾਰਾ ਕੁਝ ਆਪ ਕਰਾਂਗੇ, ਠੀਕ ਆ, ਇਹਦੀ ਪਾਵਰ ਵੀ ਵਧਾਵਾਂਗੇ, ਇਹਦੀ ਪਾਵਰ ਵੀ ਵਧਾਉਣੀ ਆ, ਤੇ ਨਾ ਹੁਣ ਅਸੀਂ ਨਾ ਕਹਿੰਦਾ ਜਿਵੇਂ ਟੋਆ ਪੱਟ ਰਹੇ ਆ ਮੌਤ ਦੇ ਖੂਹ ਲਈ, ਤੇ ਉਹਦਾ ਵਲੋਗ ਵੀ ਬਹੁਤ ਜਲਦੀ ਆਊਗਾ, ਅਸੀਂ ਅੱਜ ਜਾਣਾ ਸੀਗਾ ਪਰ ਅੱਜ ਸਾਨੂੰ ਜਾਣਾ ਪਿਆ ਚੰਡੀਗੜ੍ਹ, ਕਿਉਂਕਿ ਇਹਦੇ ਪਾਸਪੋਰਟ ਦਾ ਕੋਈ ਕੰਮ ਸੀਗਾ, ਬਾਲੇ ਦਾ ਜ਼ਰੂਰੀ ਆ, ਇਹਦੇ ਘਰ ਦੇ ਬਹੁਤ ਗਾਲਾਂ ਕੱਢ ਰਹੇ ਸੀਗੇ ਬਹੁਤ ਟਾਈਮ ਤੋਂ, ਤਾਂ ਕਰਕੇ ਆਪਾਂ ਨੂੰ ਜਾਣਾ ਪਿਆ, ਨਹੀਂ ਤਾਂ ਮੇਰਾ ਬਿਲਕੁਲ ਵੀ ਜੀ ਨਹੀਂ ਸੀਗਾ ਵੀ ਅੱਜ ਚੰਡੀਗੜ੍ਹ ਜਾਈਏ, ਮੈਨੂੰ ਆਏਗਾ ਫਟਾਫਟ ਜਾਈਏ ਹਨਾ, ਫਟਾਫਟ ਕੰਮ ਕਰੀਏ, ਇੱਕ ਹਫ਼ਤੇ ਦੀ ਸੀਰੀ ਚੱਲਣੀ ਜਿਹਦੇ ਚ ਬਸ ਚੱਕ ਦੋ ਧਰ ਦੋ, ਫਟਾਫਟ ਸਬਸਕ੍ਰਾਈਬ ਕਰ ਲਓ ਬਾਈ, ਸੱਚੀ ਕਹਿੰਦਾ ਕਿ ਅੱਜ ਵੀ ਚੰਡੀਗੜ੍ਹ ਜਾਣਾ ਤਾਂ ਉੱਥੇ ਹੀ ਬਹੁਤ ਨਜ਼ਾਰਾ ਲੈ ਕੇ ਆਉਣਾ ਵਾ, ਤੇ ਬਸ ਤੁਸੀਂ ਦੇਖੀ ਚੱਲਿਓ, ਤੇ ਆਪਾਂ ਉੱਥੇ ਜਾ ਕੇ ਤੁਹਾਨੂੰ ਸਟਰੀਟ ਫੂਡ ਵੀ ਦਿਖਾਵਾਂਗੇ, ਉਹਦੇ ਮਾੜਾ ਮੋਟਾ ਦਿਖਾਵਾਂਗੇ ਨਾ ਬੰਦਾ ਭੁੱਲ ਜਾਂਦਾ, ਪਰ ਮੇਨ ਚੀਜ਼ ਜਿਹੜੀ ਹੈ ਨਾ ਉੱਥੇ ਜਿਹੜੇ ਕੰਮ ਚੱਲੇ ਆ ਤੁਹਾਨੂੰ ਉਹ ਦਿਖਾਵਾਂਗੇ, ਤਾਂ ਪੂਰਾ ਦੇਖਿਓ ਵਲੌਗ, ਬਾਕੀ ਪਹਿਲਾਂ ਤਾਂ ਦੱਸੋ ਵੀ ਕਾਹੜਾ ਟੂਚਨ ਦੇਖਣਾ ਚਾਹੁੰਦੇ ਆ, ਹਾਂ ਟੂਚਨ ਦੱਸੋ ਕਿੰਦਾ ਦੇਖਣਾ ਚਾਹੁੰਦੇ ਹੋ, ਬਾਕੀ ਉਹਦਾ ਹੀ ਪੜ੍ਹਨੇ ਦਾ ਕਮੈਂਟ ਹੈ ਨਹੀਂ ਗਈ ਇਹਦਾ, ਤੇ ਉਹਦਾ ਹੀ ਪਾਵਾਂਗੇ ਬਾਈ, ਨਹੀਂ ਕਮੈਂਟ ਤਾਂ ਵੀ ਸਾਰੇ ਪੜ੍ਹਦੇ ਆ, ਮਜ਼ਾਕ ਨਹੀਂ ਇਹ ਹੀ, ਸਗੋਂ ਸਭ ਤੋਂ ਵੱਧ ਕਮੈਂਟ ਇਹ ਪੜ੍ਹਦਾ, ਮੈਂ ਤਾਂ ਵਧੀਆ ਹੀ ਬਹੁਤ ਕਹਿੰਦੇ ਆ, ਉਦੋਂ ਬਾਅਦ ਉਹ ਗੱਡੀ ਦਾ ਪਾਈਏ, ਗੱਡੀ ਦਾ ਬੰਪਰ ਬੰਪਰ ਜਿਹਾ ਉਖੜ ਜਾਣਾ ਯਾਰ, ਚੱਕਰ ਇਹ ਆ ਆ ਝੋਟਾ ਵਾ ਇਹ, ਤੈਨੂੰ ਪਤਾ ਨਹੀਂ ਜੋ ਘਰਦਿਆਂ ਨੇ ਕੱਚੇ ਸਕਾਉਣ ਲਈ ਰੱਖਿਆ ਹੋਇਆ, ਪਿੱਛੇ ਆ ਚਲੋ ਬਾਈ ਡਨ ਬਾਈ, ਹੁਣ ਗੱਡੀ ਦਾ ਵੀ ਕਹਿੰਦੇ ਜੀ ਪੇਚਾ ਪੈਣ ਵਾਲਾ, ਇਹਨੂੰ ਰੱਖ ਲਓ ਇਹਦੇ ਪੈਸੇ ਹੈਗੇ ਆ।
ਬਾ ਠੀਕ ਆ ਓਏ, ਕੱਲੀ ਗੱਡੀ ਬਸ ਸਾਰੀਆਂ ਚੀਜ਼ਾਂ ਤੇ ਆਇਆ ਰੈਡ ਬੁੱਲ, ਦੇਖ ਲਈ ਕਿ ਹੈਗੀ ਹੈ ਡੇਟ ਕਿ ਨਹੀਂ। ਚਲੋ ਜੀ ਐਕਸਪਾਇਰ ਹੋ ਚੁੱਕੀ ਆ ਤਾਂ ਹੁਣ ਇਹਨੂੰ ਪੌਦਿਆਂ ਨੂੰ ਪਿਆਈਏ ਅੱਜ ਤਾਂ ਬਾਈ। ਓਏ ਤੂੰ ਜਿਹੜੀ ਮੈਨੂੰ ਕੱਲ ਪਿਆਈ ਸੀ ਇਹੀ ਤਾਂ ਨਹੀਂ ਸੀ? ਨਹੀਂ ਨਹੀਂ ਉਹ ਨਹੀਂ ਜੀ, ਸੌਂਗਾ ਨਹੀਂ ਅੱਜ ਤਾਂ ਮੈਂ ਵੀ ਪੀ ਲੂੰਗਾ, ਐਕਸਪਾਇਰ ਵੀ ਪੀ ਲੂੰਗਾ। ਪਤਾ ਕੀ ਹੋ ਗਿਆ, ਮਰ ਗਿਆ ਹਲਾ ਮੇਰਾ, ਮਰ ਗਿਆ ਇੰਨਾ ਗੰਦਾ ਮਰਿਆ ਤੂੰ, ਮਰ ਗਿਆ ਹਲਾ ਮੈਂ ਤਾਂ, ਇੰਨੇ ਪਿਆਰ ਨਾਲ ਮਰਿਆ। ਚੱਕੋ ਬਾਈ ਬੂਟੇ ਔਰ ਨਿਆਰੇ ਲਓ। ਓਏ ਹਾਰਮਫੁਲ ਤਾਂ ਨਹੀਂ ਹੁੰਦੀ ਇਹਨਾਂ ਲਈ? ਓਏ ਹਾਂ, ਹਾਰਮਫੁਲ ਮਤਲਬ ਹਾਂ ਨੁਕਸਾਨਦਾਇਕ ਤਾਂ ਨਹੀਂ ਹੁੰਦੀ। ਅੱਛਾ ਅੱਛਾ, ਕੀ ਹੋ ਗਿਆ, ਨਵੀਂ ਲਾ ਲਾਂਗੇ। ਦੱਸ ਤੂੰ ਪੀ ਲੈ ਇਹਨੂੰ, ਮਰ ਗਿਆ ਫਿਰ ਕੀ ਹੋਇਆ, ਨਵਾਂ ਯਾਰ ਬਣਾ ਲਾਂਗੇ ਕਿਤੇ ਕੋਈ। ਨਹੀਂ ਮਰਦਾ ਓਏ, ਰਹਿਣ ਦੇ ਜ਼ਿਆਦਾ ਨਹੀਂ ਪੀਂਦੀ। ਚਲੋ ਬਈ ਰਿਸਕ ਲੈ ਕੇ ਦੇਖ ਲੈਂਦੇ ਆ ਕੀ ਹੋਊਗਾ। ਵੱਧ ਤੋਂ ਵੱਧ ਲਾਸਟ ਵਲੌਗ ਬਈ, ਲਾਸਟ ਵਲੌਗ ਆ ਬਾਈ ਦੁਨੀਆ ਦਾ। ਬੜਾ ਹਰਾਮੀ ਇਸੇ ਡੋਲ ਦੀ। ਨਹੀਂ ਨਹੀਂ ਡੋਲਦਾ ਨੀ, ਮਿੱਠਾ ਆ ਗਿਆ, ਚੱਲੀਏ ਫਿਰ ਹੁਣ। ਨਿੰਬੂ ਨਚੋਣ ਤੋਂ ਬਾਅਦ ਬੋਲੂੰਗਾ। 20% ਐਨਰਜੀ ਇਸ ਇਸ ਕੋਚ, 20% ਐਨਰਜੀ ਐਨਰਜੀ ਠੰਡ ਪਾ। ਓ ਬਰੇ ਨਾ ਓਏ ਮਜ਼ਾਕ ਨਹੀਂ, ਜਲਦੀ ਜ਼ਰੂਰ ਭਾਜੀ ਮੈਂ ਤਾਂ ਵਧੀਆ ਪਾ ਲੈ ਉੱਤੇ ਪਾ ਵੀ ਲੈ ਕੇ ਆਉਂ। ਓਏ ਨਾ ਯਾਰ ਕਰੂੰ ਬਰੇ, ਮੈਂ ਯਾਰ ਮੈਂ ਤਰੀ ਗੱਲ ਕਰ ਰਿਹਾ, ਤੇਰੀ ਬਹਿ ਰਿਹਾ। ਡੈਡੀ ਕਹੇ, ਡੈਡੀ ਡੈਡੀ ਕਹੇ, ਡੈਡੀ ਕਹੇ ਨਹੀਂ ਪਾਉਂਗਾ ਓਏ, ਨਹੀਂ ਪਾਉਂਗਾ ਹੁਣ। ਬਾਈ ਜੀ ਜਾ ਰਿਹਾ ਸਿੱਧਾ ਮੋਹਾਲੀ ਵੱਲ ਨੂੰ, ਤੇ ਆਪਣੂੰ ਚੇਤਾ ਆ ਗਿਆ ਜਿਹੜੀ ਆਪਣੀ ਗੰਨ ਆ, ਉਹਦੇ ਬਾਅਦ ਕਮੈਂਟ ਆਉਂਦਾ ਵੀ ਕੀ ਹੋਇਆ ਕਿੱਥੇ ਗਈ ਉਹ, ਠੀਕ ਆ? ਹਾਂ ਯਾਰ ਠੀਕ ਆ, ਨੇਹਾ ਠੀਕ ਨਹੀਂ ਸੀ ਸੱਚ, ਤਾਂ ਕਰਕੇ ਆਪਾਂ ਉਹ ਠੀਕ ਕਰਾਉਣ ਦਿੱਤੀ ਸੀਗੀ। ਪਰ ਦੇਖ ਲਓ 2 ਮਹੀਨੇ ਹੋ ਗਏ ਹਜੇ ਤੱਕ ਠੀਕ ਨਹੀਂ ਹੋਈ। ਤਾਂ ਕਰਕੇ ਦੁਕਾਨ ਤੋਂ ਆਪਾਂ ਜਾ ਕੇ ਗੰਨ ਚੱਕ ਕੇ ਅੱਜ ਆਪਾਂ ਆਪ ਹੀ ਮੋਹਾਲੀ ਦੇ ਕੇਅਰ ਸੈਂਟਰ ਜਾ ਕੇ ਦੇ ਆਉਣੀ ਆ, ਤੇ ਉਹ ਹਫ਼ਤੇ ਤੱਕ ਠੀਕ ਹੋ ਜੂਗੀ, ਫਿਰ ਜਾ ਕੇ ਲੈ ਆਵਾਂਗੇ, ਹੈ ਨਾ? ਤੇ ਉਹ ਬਾਈ ਕਹਿੰਦੇ ਹੁੰਦੇ ਵੀ ਪੈਟਰੋਲ ਦੀ ਬੋਤਲ ਦੇ ਵਿੱਚ ਜੇ ਬੰਦੂਕ ਮਾਰਿਆ ਉਹ ਲਾਈਏ ਨਾ, ਹਾਂ ਨਾ ਲਾਈਏ, ਉਹਨਾਂ ਬਲਾਸਟ ਹੁੰਦਾ ਵਾ। ਆਪਾਂ ਨੀ ਕਰਨਾ ਵੀਰੇ, ਕਰਕੇ ਦੇਖ ਦੂਰ ਰੱਖ ਕੇ ਕਿਤੇ, ਹਜੇ ਨੀ ਹਜੇ ਚੌਂ ਜਾਪਤਾ ਲੱਗਿਆ ਹੋਏ, ਨਕਲੀ ਬੰਦੂਕ ਤੇ ਵੀ ਕੋਈ ਪਤਾ ਨਹੀਂ ਕੀ ਚੱਕਰ ਪੈ ਜਾਵੇ, ਹੈ ਨਾ? ਤਾਂ ਕਰਕੇ ਥੋੜ੍ਹਾ ਜਿਹਾ ਆਪਾਂ ਬਚ ਕੇ ਰਹਿੰਦੇ ਹਾਂ, ਕਰਾ ਗਏ ਆਪਾਂ। ਤੇ ਬਾਕੀ ਇਹ ਵਲੌਗ ਦੀ ਕਲਿੱਪ ਮੈਨੂੰ ਨਾ ਤਾਂ ਲੈਣੀ ਪੈ ਰਹੀ ਹੈ, ਤਾਂ ਕਿ ਜੋ ਜਾਂਦਿਆਂ ਦੇ ਪੁਲਿਸ ਨੇ ਘੇਰ ਲਿਆ ਵੀ ਹਾਂ ਬਾਈ ਇਹ ਕਦੋਂ ਰੱਖੀ ਹੋਈ ਆ, ਉਹ ਦਿਖਾ ਦਾਂ ਬਾਈ ਤਾਂ ਵਲੌਗਰ ਆ, ਵੈਸੇ ਹੀ ਰੱਖੀ ਹੋਈ ਆ, ਉਹ ਲੁੱਟਾ ਖੋਹਾ ਲੈਣੀ ਹੈਗੇ, ਇਹ ਸ਼ਕਲੋਂ ਲੱਗਦਾ ਯਾਰ। ਚਲੋ ਹੁਣ ਸਿੱਧਾ ਚੱਲੀਏ, ਦੂਜਾ ਵਾ ਉਹ ਕਿਹੜਾ ਵਾ, ਦੂਜਾ ਲੁੱਟ ਕੇ ਪੈਸੇ ਕੋਈ ਟੁੱਟਿਆ ਵੇ ਗਰੀਬਾਂ ਦੇ। ਥੈਂਕ ਯੂ ਯਾਰ, ਹੁਣ ਕਿੱਥੇ ਗਏ ਪੈਸੇ, ਸਮਰਾਲੇ ਤੋਂ ਹਲਕਾ ਪਿੱਛੇ ਸੀਗੇ, ਪੁਲ ਪੁਲ ਟੱਪ ਗਏ ਸੀ। ਕੈਰੀ ਕਹਿੰਦਾ ਕਹਿੰਦਾ ਬਹੁਤ ਘੈਂਟ ਸਟਰੀਟ ਫੂਡ ਮਿਲਦਾ ਜਿਹੜਾ ਸੀਗਾ ਪੀਜ਼ਾ ਕੋਲਚਾ, ਪੀਜ਼ਾ ਕੋਲਚਾ ਕਹਿੰਦਾ ਵੀ ਸਟੇਡੀਅਮ ਦੇ ਸਾਹਮਣੇ ਆ ਲੁਧਿਆਣੇ ਦੇ ਵਿੱਚ। ਮੈਂ ਕਿਹਾ ਕਿੱਥੇ ਜਾਣਾ, ਕਿੰਨੀ ਦੂਰ ਆ? ਕਹਿੰਦਾ 20 ਕਿਲੋਮੀਟਰ ਦੇ ਕੋਲੇ ਆ, ਹੈ ਨਾ? ਤੇ ਮੈਂ ਕਿਹਾ ਨਹੀਂ ਜਾਣਾ, ਫਿਰ ਮੈਂ ਚਲੋ ਆ ਕੇ ਜਾਣਾ ਦੇਖ ਹੀ ਲੈਂਦੇ ਆ ਵੀ ਕਿਹੜਾ ਕੋਲਚਾ ਖਵਾਉਣ ਲੈ ਕੇ ਆਇਆ। ਹੁਣ ਦੇ ਨਾਂ ਵਧੀਆ ਦੇ ਛਿੱਤਰ ਬੋਲੋ, ਗਰੀਬ ਵਾਲੀ ਕੀਤੀ ਆ। ਦੇਖੋ ਆਹ ਬਾਈ ਦਾ ਪੀਜ਼ਾ ਕੋਲਚਾ ਬਣਦਾ ਕਿਵੇਂ, ਉਹ ਆਪਾਂ ਇੱਕ ਵਾਰੀ ਦੇਖ ਲੈਂਦੇ ਹਾਂ। ਆਹ ਬਣ ਗਿਆ ਹੈ, ਆਹ ਦੇਖੋ ਇਹ ਹੈ ਬਾਈ ਪੀਜ਼ਾ ਕੋਲਚਾ ਹੈ। ਖਾਧਾ ਪਹਿਲਾਂ ਵਧੀਆ,
ਚੱਲ ਠੀਕ ਆ ਫਿਰ ਦੇਖਦੇ ਆ ਹੁਣ ਕਿੰਨੇ ਬਈ ਰੇਟ ਕਿੰਨਾ ਇਹਨਾਂ ਦਾ 40 ਰੁਪਏ ਦਾ ਠੀਕ ਆ ਵੀਰੇ ਯਾਰ ਦੇਖੀ ਹੁਣ ਆਹ ਬਣ ਗਿਆ ਪੀਜ਼ਾ ਅੱਛਾ ਹੁਣ ਇਹਦੇ ਉੱਪਰ ਉਹ ਪਾਤਾ ਸਮਾਨ ਬਾਕੀ ਵਾਹ ਯਾਰ ਘੰਟਾ ਘੈਂਟ ਆ ਗੱਡੀ ਸਹੀ ਲੱਗੀ ਆਪਣੀ ਗੱਡੀ ਦਾ ਯਾਰ ਫੇਰ ਜਲੂਸ ਜਿਹਾ ਕੱਢ ਦਿੰਦੇ ਆ ਇਹ 2 ਮਿੰਟ ਤੱਕ ਅੱਛਾ ਤੁਹਾਨੂੰ ਭੁੱਖ ਲੱਗ ਗਈ ਹੋਣੀ ਆ ਦੇਖ ਕੇ ਹਨਾ ਕਿਉਂਕਿ ਤੁਹਾਨੂੰ ਤਾਂ ਬਾਹਲੀ ਭੁੱਖ ਲੱਗੀ ਹੋਈ ਆ ਬਾਈ ਗਰਾਊਂਡ ਤਾਂ ਬਾਈ ਖੋਲ ਲਈਏ ਫਿਰ ਇਹ ਇਹਨੇ ਖੋਲਿਆ ਨਹੀਂ ਹੋਇਆ ਕੈਰੀ ਮਜ਼ਾਕ ਨਹੀਂ ਬਿਜ਼ਨਸ ਆਈਡੀਆ ਬਹੁਤ ਜ਼ਿਆਦਾ ਵਧੀਆ ਇਹ ਮਾੜੀ 'ਚ ਵੀ ਹੈ ਨਹੀਂ ਦੇਖ ਲਓ ਬਾਈ ਬਿਜ਼ਨਸ ਆਈਡੀਆ ਉੱਦਾਂ ਵੀ ਕੁਲਚਾ ਇੰਨਾ ਹੀ ਹੁੰਦਾ 20-30 ਰੁਪਏ ਦਾ ਹੁੰਦਾ ਉੱਦਾਂ ਹਨਾ ਤੁਸੀਂ ਦੱਸੋ ਬਾਈ ਕਮੈਂਟਾਂ ਵਿੱਚ ਤੁਹਾਡੇ ਮਤਲਬ ਕਿੰਨੇ ਰੁਪਏ ਦਾ ਕੁਲਚਾ ਮਿਲਦਾ ਰੇਟ ਆਪਦਾ ਨਾਮ ਲੈ ਕੇ ਨਾ ਸਿਟੀ ਦਾ ਨਾਲ ਉਦੋਂ ਬਾਅਦ ਕੁਲਚੇ ਦਾ ਰੇਟ ਲਿਖ ਦਿਓ ਪਤਾ ਲੱਗ ਜੂ ਬਾਈ ਨੇ ਧਨੀ ਧੁਨੀਆਂ ਵੀ ਪਾਤਾ ਭੁੱਖ ਤਾਂ ਬਾਹਲੀ ਲੱਗੀ ਹੋਈ ਆ ਕਦੋਂ ਦੀ ਯਾਰ ਸਵੇਰ ਦਾ ਕੁਛ ਵੀ ਨਹੀਂ ਖਾਧਾ ਟਾਈਮ ਕਿੰਨਾ ਹੋ ਗਿਆ ਘੜੀ ਟੁੱਟੀ ਪਈ ਆ ਬਾਈ 2:30 ਵੱਜ ਗਏ ਇਹਨੇ ਹੀ ਤੋੜੀ ਆ ਬਾਈ ਏਦਾਂ ਮਾਰ ਮਾਰ ਕੇ ਉਹ ਤਾਂ ਹੀ ਟਾਈਮ ਮਾੜਾ ਚੱਲਦਾ ਆਪਣਾ ਹਨਾ ਲਾ ਦੇ ਨੂੰ ਯਾਰ ਲਾ ਦੇ ਮਾੜੇ ਟਾਈਮ ਵਾਲੀ ਘੜੀ ਨਹੀਂ ਬੰਨਣੀ ਆਪਾਂ ਯਾਰ ਨੀ ਗੇਮ ਚ ਪਾ ਲਈਏ ਚੱਲ ਤੂੰ ਬੰਨ ਲਾ ਯਾਰ ਤੇਰਾ ਤਾਂ ਵੀ ਮਾੜਾ ਟਾਈਮ ਹੀ ਅੱਗੇ ਪਤਾ ਕੱਟਿਆ ਜਾਵੇ ਅੱਛਾ ਦੇਖਿਆ ਨੀ ਮੈਂ ਬਾਈ ਨੇ ਕੀ ਕੀਤਾ ਚੱਲ ਕੋਈ ਨੀ ਲੱਗ ਗਿਆ ਪਤਾ ਉਹਨੂੰ ਉੱਪਰ ਰੱਖਤਾ ਉਹਦੇ ਉਹਨੂੰ ਉੱਪਰ ਰੱਖਤਾ ਹਾਂ ਜਿਹੜਾ ਉਹ ਤੜਕਾ ਲਾਇਆ ਸੀ ਬਾਈ ਨੇ ਵਾਹ ਯਾਰ ਬਾਈ ਬਾਹਲੇ ਤਰ੍ਹਾਂ ਦੇ ਮੈਂ ਕੁਲਚੇ ਬਣਾਉਂਦਾ ਉਹਦੇ ਉਹ ਅਲੱਗ ਤਰ੍ਹਾਂ ਦਾ ਬਣਾਤਾ ਹੁਣ ਯਾਰ ਚਾਟ ਮਸਾਲਾ ਪੈ ਗਿਆ ਸੌਸ ਹੈਂ ਵਾਹ ਯਾਰ 40 ਰੁਪਏ ਦਾ ਬਹੁਤ ਸਹੀ ਰੇਟ ਆ ਮਜ਼ਾਕ ਨਹੀਂ ਉੱਥੇ ਵੀ ਜਾਂਦੇ ਆ ਜਦੋਂ ਆਪਾਂ ਫਰੈਂਡਾਂ ਫਰੂੰਡਾਂ ਵਿੱਚ ਦੇਖਿਆ ਕਿੰਨਾ ਕਿੰਨਾ ਰੁਪਈਆ ਮੰਗਦੇ ਆ ਉਹ ਤਾਕੋ ਜਿਹੜਾ ਪੀਜ਼ਾ ਹੱਟਦਾ ਆ ਉਹਦਾ ਕਿੰਨਾ ਰੁਪਈਆ ਮੰਗਦੇ ਆ ਉਹ 300 ਰੁਪਈਆ 2 ਦਾ ਆਹ ਦੇਖੋ ਹੈ ਇੰਨਾ ਸਟੱਫ ਵੀ ਨਹੀਂ ਪਾਉਂਦੇ ਹੁਣ ਉਹ ਤਾਂ ਲਓ ਜੀ ਦੇਖੋ ਤੁਸੀਂ ਯਾਰ ਪੀਜ਼ਾ ਕੁਲਚਾ ਗੱਡੀ 'ਚ ਬਹਿ ਕੇ ਟਰਾਈ ਕਰਦੇ ਹਾਂ ਠੀਕ ਆ ਫਿਰ ਦੱਸ ਸਕਦੇ ਹਾਂ ਸਹੀ ਵੀ ਕੀ ਹਿਸਾਬ ਕਿਤਾਬ ਆ ਪਹਿਲਾਂ ਬਾਈ ਕੈਰੀ ਟਰਾਈ ਕਰੂਗਾ ਕੈਰੀ ਚੱਕ ਓਏ ਹੁਣ ਲੱਗੇ ਮੇਰੇ ਤੋਂ ਵੀ ਕੰਟਰੋਲ ਜਿਹਾ ਨਹੀਂ ਹੋ ਰਿਹਾ ਵੀ ਭੁੱਖ ਵਾਲੀ ਲੱਗੀ ਆ ਤੁਸੀਂ ਮੰਨ ਸਕਦੇ ਹੋ ਮਤਲਬ ਸਵੇਰ ਦਾ ਕੁਛ ਵੀ ਨਹੀਂ ਖਾਧਾ ਹੋਇਆ ਸੱਚੀ ਜਾਨ ਦੀ ਚੀਨੀ ਖਾਧੀ ਸੀ ਸੱਚੀ ਘੈਂਟ ਆ ਹੈ ਮੰਮੀ ਨੂੰ ਮੇਰੇ ਇੱਧਰ ਮੇਰਾ ਨਹੀਂ ਮਤਲਬ ਆ ਮੇਰਾ ਫੋਨ ਫੜ ਤੇ ਮੈਂ ਦੱਸਤਾ ਚਲੋ ਜੀ ਹੁਣ ਟਰਾਈ ਕਰ ਲੈਂਦੇ ਇਹਨਾਂ ਦਾ ਪੀਜ਼ਾ ਕੁਲਚਾ ਓਹੋ ਤੇ ਦੇਖ ਲਈ ਹੋਈ ਆ ਠੀਕ ਆ ਸਲਾਈ ਸਿੰਧੀ ਸੋਚਣਾ ਵੀ ਬਹੁਤ ਸਵਾਦ ਆ ਜਿਹੜਾ ਉਹ ਕਿਉਂ ਦਾ ਬ੍ਰਸ਼ਟ ਹੁੰਦਾ ਨਾ ਮੈਂ ਸੱਚੀ ਨਹੀਂ ਮੈਂ ਪੀਜ਼ਾ ਵੀ ਨਹੀਂ ਇੱਦਾਂ ਦਾ ਖਾਧਾ ਕਦੇ ਯਾਰ ਮਜ਼ਾਕ ਨਹੀਂ ਖਾਧਾ ਕੱਲ੍ਹ ਮੈਂ ਗਿਆ ਸੀ ਨਾ ਉੱਥੇ ਮੈਂ ਖਾਧਾ 800 ਰੁਪਏ ਦਾ ਪੀਜ਼ਾ ਬਾਈ ਇੰਨਾ ਬੇਕਾਰ ਲੱਗਿਆ ਮੈਂ 1 ਸਲਾਈਸ ਖਾਧੀ ਬਾਕੀ ਪੈਕ ਕਰਾ ਕੇ ਇਹਨੂੰ ਦੇਤਾ ਮੈਂ ਇੰਨਾ ਸੋਚਿਆ ਵੀ ਨਹੀਂ ਨਾ ਵੀ ਇੰਨਾ ਸਵਾਦ ਆਊ ਸੋਚਿਆ ਨਹੀਂ ਸੀ ਬਹੁਤ ਜ਼ਿਆਦਾ ਚੱਲ ਹੁਣ ਮੇਰੇ ਮੂੰਹ 'ਚ ਪਾਣੀ ਆ ਗਿਆ ਯਾਰ ਤੇ ਆਹੀ ਰੋਡ ਤੇ ਹੁਣ ਆਪਾਂ ਨੂੰ ਮਿਲੀ ਆ ਠੰਡੀ ਸ਼ਰਧਾਈ ਹੈ ਨਾ ਤੇ ਲਓ ਜੀ ਆਪਾਂ ਇਹ ਟਰਾਈ ਕਰਦੇ ਹਾਂ ਇਹ ਬਾਹਲੀ ਮਸ਼ਹੂਰ ਆ ਅੱਜ ਕੱਲ੍ਹ ਬਾਈ ਪੂਰਾ ਕਿਆ ਪਿਆ ਕਹਿੰਦੇ ਅਫਸਰਾਂ ਤੋਂ ਗਾਲਾਂ ਕੱਢੀ ਜਾਂਦਾ ਪਿੱਛੇ ਆ ਦੇ ਕਿੰਨੇ ਦਾ ਗਲਾਸ ਆ ਜੀ ਇਹ 50 ਰੁਪਏ ਦਾ ਗਲਾਸ ਆ ਇਹ ਦੇਖ ਲਓ ਐਨਰਜੀ ਡਰਿੰਕ ਹੈ ਕਹਿੰਦਾ ਯਾਰ ਬਹੁਤ ਜ਼ਿਆਦਾ ਘੈਂਟ ਲੱਗੀ ਘਰੇ ਵੀ ਬਣਾਵਾਂਗੇ ਆਪਾਂ ਕੱਲ੍ਹ ਨੂੰ ਠੀਕ ਆ ਪੂਰੀ ਘੈਂਟ ਆ ਯਾਰ ਚੀਜ਼ਾਂ ਦੇਖ ਲਓ ਤੁਹਾਨੂੰ ਪਤਾ ਹੀ ਹੋਣਾ ਬਾਕੀ ਤੁਸੀਂ ਬਹੁਤ ਵੀਡੀਓ ਦੇਖ ਲਈ ਹੋਣੀ ਆ ਹੁਣ ਤੱਕ ਤਾਂ ਅਸੀਂ ਹਮੇਸ਼ਾ ਲੇਟ ਹੋ ਜਾਂਦੇ ਹਾਂ ਬਿਲਕੁਲ ਸਹੀ ਗੱਲ ਪੂਰੀ ਤਾਕਤ ਬਸ ਹੁਣ ਆਪਾਂ ਆ ਚੁੱਕੇ ਹਾਂ ਮੋਹਾਲੀ ਰਸ਼ ਬਾਲਿਆ ਦਾ ਹੋਇਆ ਪਿਆ ਕਿਉਂਕਿ ਨਾ ਉਹ ਟਰਾਲੀ ਜੀ ਫਸ ਗਈ ਉੱਥੇ ਤੁਸੀਂ ਦੇਖ ਸਕਦੇ ਹੋ ਉਹ ਦੇ
ਇਹ ਟਰੈਕਟਰ ਮਾਰ ਮਾਰ ਕੱਢ ਰਹੇ ਆ ਉੱਥੇ, ਤੇ ਉਦੋਂ ਬਾਅਦ ਆਪਾਂ ਜਿਹੜੀ ਗੰਨ ਆ ਉਹਨੂੰ ਵੀ ਆਪਾਂ ਦੇਖੋ ਨਾ, ਗੰਨ ਰਹੀ ਬਾਈ ਜੀ ਆਹ ਦੇ ਚਰਨਾਂ ਚ ਰੱਖੀ ਫਿਰਦਾ ਕੈਰੀ। ਕੱਟੋ ਯਾਰ ਗਾਂ, ਮੈਨੂੰ ਮੋਟਾ ਲਾ ਕੇ ਨਹੀਂ ਚੱਕਣੀ ਪੈ ਜਾਈ। ਉਹ ਜੇਸੀਬੀ ਵੀ ਆ ਖੀ ਵੀਰੇ, ਗੇਮ ਤਗੜੀ ਪਈ ਲੱਗਦੀ ਆ ਇੱਥੇ ਕੋਈ। ਤੇ ਖੜੀ ਆ ਟਰਾਲੀ ਟਰੈਕਟਰਾਂ ਨਾਲ ਕੱਢੀ ਜਾ ਰਹੀ ਆ ਉਹਦੇ ਲਈ, ਬਸ ਉਹ ਆ ਦੇਖੋ। ਹੁਣ ਬਈ ਫਟਾਫਟ ਚੱਲਦੇ ਆ ਦੁਕਾਨ ਤੇ ਤੇ ਗੰਨ ਫੜਾ ਕੇ ਆਉਂਦੇ ਆ ਉਹਨਾਂ ਨੂੰ। ਕੈਰੀ ਕੈਰੀ ਕਰਦਾ ਤੇਰੇ ਵੱਲ ਨੂੰ ਸ਼ਾਰਪ ਸ਼ੂਟਰ। ਹੁਣ ਚੈਕਿੰਗ ਹੋ ਰਹੀ ਆ ਬਾਈ, ਕਹਿੰਦਾ ਮੈਂ 15 ਮਿੰਟ ਚ ਠੀਕ ਕਰ ਦਿੰਦਾ। ਤੇ ਆਹ ਦੇਖੋ ਆਹ ਚੀਜ਼ਾਂ ਵੀ ਨੇ ਬਹੁਤ ਸਾਰੀਆਂ ਯਾਰ। ਪਤਾ ਕੀ ਚੱਕਰ ਆ, ਅਸੀਂ ਨਾ ਜਿਵੇਂ ਆਹ ਗੱਤਾ ਵਾ ਹਨਾ, ਇਹਦੇ ਮਾਰਦੇ ਇਹ ਵੀ ਨੀ ਨਿਕਲਦੀ। ਪਹਿਲਾਂ ਯਾਰ ਲੋਹਾ ਕੱਢ ਦਿੰਦੀ ਸੀ ਇਹ ਯਾਰ। ਆਹ ਮੇਰੀਆਂ ਫੇਵਰੇਟ ਆ ਚਾਰੇ ਯਾਰ, ਜਿਹੜੀ ਮਰਜ਼ੀ ਮਿਲ ਜਾਏ ਸਾਰੀਆਂ ਘੈਂਟ ਨੇ। ਆਹ ਤਾਂ ਬਾਈ ਬੜੀ ਫੇਵਰੇਟ ਆ, ਇਹ ਡੋਲ ਦੀ ਸਭ ਤੋਂ ਕੇ ਫੇਵਰੇਟ ਵਾਲੀ ਆ। ਓਏ ਬੱਬਾ ਕ੍ਰੋਸ, ਇਹ ਤਾਂ ਆਪਣੇ ਵਾਲੀ ਆ ਕ੍ਰੋਸਬੋ, ਉਧਰ ਦੇਖ ਕ੍ਰੋਸਬੋ ਬੱਬਾ ਕਿੰਨੀ ਦਾ ਇਹ ਇਹ ਕਿੰਨੇ ਦਾ ਸਾਲਾ, ਤੂੰ ਬਾਂਦਰ ਮਾਰਨੇ ਆ ਇਹ ਆਪਣੇ ਵਾਲੇ। ਹੋ ਰਹੀ ਹੋ ਰਹੀ M24 ਉਹ ਆ ਵੀਰੇ। ਆਹ ਦੇਖੋ ਬਾਈ, ਇਹ ਬਿਲਕੁਲ ਪ੍ਰੋਮੋਸ਼ਨ ਨਹੀਂ ਹੈਗੀ, ਠੀਕ ਹੈ। ਨਾਲੇ ਇਹਨਾਂ ਸਿਰਫ CO2 ਵਾਲੇ ਨੇ, ਏਅਰ ਵਾਲੇ ਨੇ, ਠੀਕ ਹੈ। ਕਰਨਾ ਇਹਨੂੰ ਬਾਈ ਰੱਖੂ ਸਹੀ ਤਰ੍ਹਾਂ। ਯਾਰ ਵੇਚਾਂਗੇ ਕਿ ਵੇਚਣ ਦੀ ਹੋਈ ਹੋਰ ਗੱਲ ਨਹੀਂ ਬਾਈ। ਪੂਰਾ ਭਾਰਾ ਬੰਦਾ ਨੀ ਮਾਰਦੀ ਇਹ, ਜੇ ਸਿਰਫ CO2 ਏ ਹੁੰਦੀ ਆ ਗੰਨ, ਤੇ ਇਹਦਾ ਰੇਟ ਹੈਗਾ 30,000 ਰੁਪਈਆ, ਕਹਿੰਦਾ 16,000 ਦੀ ਆ। ਖਰਚਾ ਕਹਿੰਦਾ ਵਾ ਇੱਕ ਵਾਰੀ ਲੈ ਲਈ ਆ, ਉਹਦੇ ਬਾਅਦ ਸਿਲੰਡਰਾਂ ਦੇ ਖਰਚਾ ਵੇਖੋ, ਪੀਲਟਸ ਦੇ ਖਰਚਾ ਵਾ ਜੋ ਹੁੰਦੀ ਉਹ ਪੀਲਟਸ ਦੇਖੋ। ਮੈਨੂੰ ਤਾਂ ਬਾਲੀ ਘੈਂਟ ਲੱਗੀ ਯਾਰ ਇਹ ਵਾਲੀ, ਪਰ ਇਹ ਕਰਦੇ ਡਰਾ ਤਾਂ ਤੂੰ ਲੈਣਾ ਪੰਗੇ। ਆਹ ਦੇ ਬਾਈ ਬਾਹਰ ਬੈਠਾ ਉਹਨੂੰ ਸਾਰਾ ਪਤਾ, ਬਾਈ ਬਾਹਰ ਠੀਕ ਕਰੀ ਜਾਂਦਾ ਬਾਈ ਸਾਰਾ ਕੁਛ। ਤੇ ਉਹ ਵੀਰੇ ਨੇ ਹੁਣ ਕਹਿੰਦੇ ਮੈਂਟੀ ਮਾਰਨਾ, ਕਿੱਥੇ ਗਿਆ ਬਾਈ ਪਤਾ ਨੀ ਗਿਆ ਬਾਈ। ਹੁਣ ਆਪਾਂ ਬੰਦੂਕ ਲੈਣੀ ਆ, ਬਾਲੀ ਘੈਂਟ ਆ ਤੁਹਾਡੇ ਕੋਲ ਹੈਗਾ ਬਈ ਸਕੋਪ ਲਾ ਕੇ ਦੇਖੀ ਆਈਡੀਆ ਹੈ
ਗੋਲੀ ਨੀ ਪੈਂਦੀ ਹੁਣ ਬਈ ਆਹ ਗੱਲ ਦੇਖੋ ਤੁਸੀਂ ਇੱਕ ਵਾਰੀ ਕੋਲੋਂ ਦਿਖਾ ਦੇ ਪਹਿਲਾਂ ਕਹਿ ਰਹੀ ਤੁਹਾਨੂੰ ਪਤਾ ਹੀ ਆ ਕਿਹੜੀ ਗੱਲ ਆ ਪਬਜੀ ਦਾ ਤੁਹਾਨੂੰ ਪਤਾ ਲੱਗ ਗਿਆ ਹੋਣਾ ਇਹ ਆ ਬਾਈ ਜੀ A++M ਸਕੋਪ ਹੈਗਾ ਯਾਰ ਦਿਖਾਈ ਬਰੇਰੀਆ ਵੀ ਗੋਲੀਆਂ ਭੱਟੇ ਸਾਰੇ ਡੱਬੇ ਚ ਹੁੰਦੀ ਆ ਕਾਲੇ ਜੇ ਚ ਵੀ ਲੋਕ ਗੱਲ ਲੋਕ ਹੁੰਦੀ ਆ ਹੈ ਇਹਦੇ ਉਹ ਅਸ਼ੇ ਇਦਾਂ ਲੋਕ ਆਹ ਓਏ ਇਹ ਆ ਲੋਕ ਹਾਂ ਇਹਦੇ ਬਚਰਾ ਵੀ ਗਾਉਂ ਤੇ ਬੰਦਾ ਤੇ ਬੰਬ ਸਿੱਟਦਾ ਹੁੰਦਾ ਹੁੰਦਾ ਚਲਾਉਣਾਗੇ ਇਹ ਵੀ ਤਾਂ ਮੈਂ ਚਲਾਉਂਦਾ ਗ੍ਰਨੇਡ ਬਚਣਾ ਕਿ ਬਾਅਦ ਚੋ ਬਚੂਗਾ ਬਾਈ ਬੈਂਕ ਨੀ ਜਾਈ ਕੋਲੇ ਉੱਤੇ ਜਾ ਕੇ ਤਮਕਾ ਉਹਨਾਂ ਨੂੰ ਉਹਦੇ ਆਈ ਕਰਨਾ ਵੀਰੇ ਗ੍ਰਨੇਡ ਨੀ ਬਾਈ ਜੀ ਆਪਾਂ ਲੈ ਕੇ ਆਉਣੇ ਆਪਾਂ ਲੈ ਕੇ ਆਉਣੇ ਮਸਾਈਲਾਂ ਤੀਰ ਕਮਾਨ ਨੂੰ ਆਦੀਵਾਸੀ ਆ ਤੀਰ ਕਮਾਨ ਲੈ ਲੈ ਦੱਸ ਦੁਸ਼ਹਿਰੇ ਨੂੰ ਆਹ ਰਾਵਣ ਬਣਾ ਬਣਾ ਬੁੱਕਾ ਜੀ ਬਾਈ ਪੁੱਛੋ ਫੇਰ ਦੇਖਾਂਗੇ ਤੁਸੀਂ ਬਾਈ ਜੇ ਬੜਾ 10000 ਕਮੈਂਟ ਆ ਗਿਆ ਬਾਈ ਸਫਾ ਤੀਰ ਖੀਰ ਕੇ ਲੈ ਜਾਵਾਂਗੇ 10000 ਵੀਰੇ ਇਹੀ ਆ ਨਾ ਹੁਣ ਨਾ ਲੈ ਕੇ ਜਾਣਾ ਕਰ ਦੋ ਬਾਈ ਹੁਣ ਤਾਂ ਯਾਰ ਤੀਰ ਕਮਾਨ ਚਲਾਉਣ ਜੋਗਾ ਕਰ ਦੋ ਮੈਨੂੰ ਕਰ ਦੋ ਬਾਈ 10000 ਕਮੈਂਟ ਜੇ ਨਜੇ ਨਾ ਲੈ ਕੇ ਉਹ ਬਾਰ ਬਾਰ ਆ ਕੇ ਰੋਜ਼ ਮੈਸ ਲਾਇਆ ਕਰੋ ਨਹੀਂ ਤੇ ਹੋਇਆ ਵਲੌਗ ਤੇ ਥੋੜੀ ਹੋਣਗੇ ਵਲੌਗ ਤੇ 10000 2000 ਹੋ ਜਾਊਗਾ ਬਾਈ ਕਰ ਦੋ ਮਜ਼ਾਕ ਨਹੀਂ ਕੈਰੀ ਦੀ ਪਾਵਰ ਆ ਓਏ ਦੱਸ ਵੀਰ ਕੀ ਹੋਇਆ ਇਹ ਦੱਸ ਬਸ ਮਤਲਬ ਕਰ ਦਿੰਦੇ ਆ ਕੈਰੀ ਦੇ ਤਾਂ ਕੈਰੀ ਨੂੰ ਕਹਿ ਕੇ ਦੇਖ 10000 ਦੇ ਹੋ ਗਿਆ ਜੋ ਤੂੰ ਕਹੇਂਗੇ ਨਹੀਂ ਟ੍ਰਿਪ ਕਹੇਂਗਾ ਤੈਨੂੰ ਉਹ ਫ੍ਰੀ ਮਜ਼ਾਕ ਨਹੀਂ ਮਜ਼ਾਕ ਨਹੀਂ ਮੈਂ ਕੈਮਰਾ ਉਧਰ ਕਰਦਾ ਗੱਲ ਤੇ ਹੱਥ ਰੱਖ ਕੇ ਸੌਂਗਾ ਹੁਣ ਵੀ ਖਾ ਕੈਮਰੇ ਤੋਂ ਸਾਈਡ ਤੇ ਖਾ ਲਈ ਬਈ ਨਹੀਂ ਟ੍ਰਿਪ ਬਾਈ ਮਿਹਨਤ ਵਾਲੀ ਗੱਲ ਹੀ ਆ 10000 ਕਰ ਦੋ ਘਰੇ ਜਾ ਕੇ ਮੈਂ ਵੀ ਕਰੂਗਾ ਹੈ ਤੈਨੂੰ ਲਿਖਣ ਦਾ ਬਾਈ ਸੌਂਕ ਆ ਕਮੈਂਟ ਹੀ ਕਰਦੀ ਯਾਰ ਯਾਰ ਚਲੋ ਬਾਈ।